ਵਿੱਚ ਸੁਰਮਾ ਰਹਿੰਦਾ ਨੀ ਸਾਡੀ ਅੱਖ ਰਹਿੰਦੀ ਆ ਲਾਲ ਕੁੜੇ ਤੇਰਾ ਲਹਿਜ਼ਾ ਚੰਗਾ ਬੋਲਣ ਦਾ ਸਾਡੇ ਬੁੱਲਾਂ ਉੱਤੇ ਗਾਲ ਕੁੜੇ ਯੋ ਵਟਸਐਪ ਪੋਜੀਸ ਕਿਵੇਂ ਹੋ ਕੀ ਹਾਲ ਚਾਲ ਮਾਨ ਸਾਹਿਬ ਦੀ ਨਵੀਂ ਐਲਬਮ ਆਊਟ ਹੋ ਚੁੱਕੀ ਹੈ ਜੀ ਵੈਲੀ ਲਾਣੇ ਕੱਲ੍ਹ ਤੋਂ ਕਾਫੀ ਕਮੈਂਟ ਆ ਰਹੇ ਸੀ ਕਿ ਮਾਨ ਸਾਹਿਬ ਦੀ ਐਲਬਮ 'ਤੇ ਰਿਐਕਸ਼ਨ ਕਰੋ ਸੋ ਫਾਈਨਲੀ ਹੁਣ ਮੌਕਾ ਮਿਲਿਆ ਆਪਾਂ ਪਹਿਲੇ ਟਾਈਟਲ ਟਰੈਕ 'ਤੇ ਰਿਐਕਸ਼ਨ ਕਰਦੇ ਜਿਹਦਾ ਨਾਮ ਹੈ ਵੈਲੀ ਲਾਣੇ ਸਿੰਗਰ ਲਿਰਿਕਸ ਕੰਪੋਜ਼ਰ ਬੱਬੂ ਮਾਨ ਸਾਹਿਬ ਆਪ ਹੀ ਨੇ ਮਤਲਬ ਮਿਊਜ਼ਿਕ ਵੀ ਮਾਨ ਸਾਹਿਬ ਨੇ ਆਪ ਹੀ ਕੀਤਾ ਹੋਣਾ ਬਟ ਇੱਥੇ ਮਿਊਜ਼ਿਕ ਦੇ ਕ੍ਰੈਡਿਟ ਮੈਂਸ਼ਨ ਹੈ ਨਹੀਂਗੇ ਆ ਜੋ ਆਪਾਂ ਸੁਣਦੇ ਹਾਂ ਪਹਿਲੇ ਹੀ ਗਾਣਾ ਕਿੱਦਾਂ ਦਾ ਇਹ ਗਾਣਾ ਲੈਟਸ ਗੋ ਯਾਰ ਉਹੀ ਹੈ ਨਾ ਪੁਰਾਣਾ ਫੀਲ ਆ ਬੰਦੇ ਦੇ ਗਾਣੇ 'ਚ ਅੱਜ ਵੀ ਨਾਲਾ ਨਾਲਾ ਮੱਥਾ ਨਹੀਂ ਐ ਤਾਂ ਖੁੰਡ ਪੁਰਾਣੇ ਆ ਨਾਲਾ ਨਾਲਾ ਮੱਥਾ ਨਹੀਂ ਐ ਤਾਂ ਖੁੰਡ ਪੁਰਾਣੇ ਆ ਸਹੀ ਗੱਲ ਹੈ ਵੈਲ ਸਿਖਾਉਣੇ ਨਹੀਂ ਐ ਤਾਂ ਵੈਲੀ ਲਾਣੇ ਆ ਓਕੇ ਕੀ ਵੈਲ ਸਿਖਾਉਣੇ ਨਹੀਂ ਐ ਤਾਂ ਵੈਲੀ ਲਾਣੇ ਆ ਸਹੀ ਗੱਲ ਆ ਬਾਬੇ ਤੂੰ ਕੀ ਵੈਲ ਸਿਖਾਈ ਐ ਲਾਣਿਆਂ ਤੋਂ ਹੀ ਵੈਲੀ ਆ ਪੁਰਾਣੇ ਵੈਲੀ ਹੈ ਨਵਾਂ ਪ੍ਰੋਪਰ ਪੋਸਟਰ ਦੇ ਵਿੱਚ ਵੀ ਪੁਰਾਣਾ ਫੀਲ ਆ ਗੰਡਾਸੀ ਮੰਜਾ ਉਹ ਵੀ ਬਾਣਦਾ ਹੈ ਨਾ ਅਤੇ ਪਿੱਛੇ ਜਿਪਸੀ ਖੜੀ ਹੈ ਜੀਪ ਖੜੀ ਹੈ ਜੀਪ ਵੀ ਦੂਜੀ ਖੜੀ ਹੈ ਨਾ ਜਿਹੜੀ ਥੋੜ੍ਹੀ ਮਤਲਬ ਇਹ ਜੀਪ ਪਹਿਲਾਂ ਮਤਲਬ ਬਹੁਤ ਨਜਾਇਜ਼ ਪੁਰਾਣੀ ਜੀਪ ਹੋਊਗੀ ਇਹ ਕਿਉਂਕਿ ਉਦੋਂ ਬਾਅਦ ਥੋੜ੍ਹੀਆਂ ਮਾਡਰਨ ਜੀਪਾਂ ਆਈਆਂ ਸੀ ਇਹ ਮਤਲਬ ਫੌਜੀ ਫੌਜੀਆਂ ਵਾਲੀ ਜੀਪ ਜਿਹੜੀ ਆਪਾਂ ਸਹੀ ਕਹਿੰਦੇ ਹਾਂ ਉਹ ਜੀਪ ਹੈ ਚੁਵਾਂ ਗੁੜਦੀ ਰੋੜੀ ਪਾ ਕੇ ਹੋਵੇ ਹਾਂ ਪਿੰਜਰੇ ਵਾੜ ਦੀਏ ਪਾ ਕੇ ਪੀਂਗਾ ਝੂਟ ਬਰੋਟੇ ਵਾਲੇ ਟਾਣੇ ਤੂੰ ਕੀ ਵੈਲ ਸਿਖਾਉਣੇ ਨੀ ਐ ਤਾਂ ਵੈਲੀ ਲਾਣੇ ਯਾਰ ਮਾਂ ਸਾਹਿਬ ਨਾ ਬੜੇ ਸਹੀ ਤਰੀਕੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਅਤੇ ਮਿੱਠੀਆਂ ਮਿੱਠੀਆਂ ਗੱਲਾਂ 'ਚ ਗੱਲਾਂ ਇਹੋ ਜਿਹੀਆਂ ਸੁਣਾ ਜਾਂਦੇ ਆ ਕਿ ਬਸ ਖਤਰਨਾਕ ਹੀ ਹੈ ਤੁੰਨ ਕੇ ਗਾਓ ਜੀ ਸਹੀ ਗੱਲ ਹੈ ਬਸ ਜਗ੍ਹਾ ਬਣਾਓ ਜੀ ਯਾ ਜੇ ਆਉਂਦਾ ਏ ਗਾਉਣਾ ਤਾਂ ਫਿਰ ਤੁੰਨ ਕੇ ਗਾਓ ਜੀ ਚਾਹਣ ਵਾਲਿਆਂ ਦੇ ਦਿਲ ਵਿੱਚ ਬਸ ਜਗ੍ਹਾ ਬਣਾਓ ਜੀ ਮੇਰੇ ਫੈਨਾਂ ਦੇ ਲਈ ਗਹਿਣੇ ਮੇਰੇ ਗਾਣੇ ਕਿਆ ਬਾਤ ਹੈ ਕੀ ਵੈਲ ਸਿਖਾਉਣੇ ਨਹੀਂ ਏ ਤਾਂ ਵੈਲੀ ਲਾਣੇ ਆ ਤੂੰ ਕੀ ਵੈਲ ਸਿਖਾਉਣੇ ਨਹੀਂ ਏ ਤਾਂ ਗੱਲ ਵੀ ਸਹੀ ਯਾਰ ਬਾਈ ਮਾਨ ਸਾਹਿਬ ਨੇ ਕਿੱਡਾ ਵੱਡਾ ਹੈ ਨਾ ਦਰਜਾ ਦਿੱਤਾ ਹੋਇਆ ਆਪਦੇ ਫੈਨਸ ਨੂੰ ਕਿ ਉਹਨਾਂ ਲਈ ਗਹਿਣੇ ਗੱਟੇ ਵੀ ਸਭ ਮੇਰੇ ਗਾਣੇ ਆ ਮਤਲਬ ਜਿਹੜੇ ਮਾਨ ਸਾਹਿਬ ਦੇ ਚਾਹੁਣ ਵਾਲੇ ਵਾਕਈ ਹੈ ਨਾ ਮਾਨ ਸਾਹਿਬ ਨੂੰ ਇੰਨਾ ਪਿਆਰ ਕਰਦੇ ਤੁਸੀਂ ਇਹ ਗੱਲ ਬੰਦੇ ਨੇ ਲਿਖੀ ਆ ਖਤਰਨਾਕ ਯਾਰ ਹੈ ਨਾ ਐਂਡ ਮਾਨ ਸਾਹਿਬ ਦੀ ਜਿਹੜੀ ਐਲਬਮ ਹੈ ਥੋੜ੍ਹੀ ਜਿਹੀ ਉਹੀ ਫੀਲ ਦੇ ਵਿੱਚ ਡਿਜ਼ਾਇਨ ਹੋਈ ਹੁੰਦੀ ਹੈ ਉੱਦਾਂ ਹੀ ਬਣੀ ਹੁੰਦੀ ਹੈ ਕਿ ਬਸ ਇੱਕ ਵਾਰੀ ਚਲਾ ਕੇ ਛੱਡ ਦਿਓ ਸਾਰੇ ਗਾਣੇ ਬੈਕ ਟੂ ਬੈਕ ਵੱਜੀ ਜਾਣ ਹੈ ਨਾ ਉੱਦਾਂ ਦੇ ਹਿਸਾਬ ਨਾਲ ਟਿਊਨ ਕੀਤੀ ਹੁੰਦੀ ਐਲਬਮ ਹੈ ਨਾ ਜਿੱਦਾਂ ਟੇਪਾਂ ਚੱਲਦੀਆਂ ਹੁੰਦੀਆਂ ਸੀ ਪਹਿਲਾਂ ਯਾਰ ਇਹ ਟੇਪ ਆ ਇਹਨੂੰ ਆਪਾਂ ਐਲਬਮ ਨਹੀਂ ਕਹਿ ਸਕਦੇ ਚਲੋ ਐਲਬਮ ਇੱਕ ਮਾਡਰਨ ਨਾਮ ਆ
ਬਟ ਇਹ ਟੇਪ ਹੈ ਇੱਕ ਹਿਸਾਬ ਦੇ ਨਾ, ਜਿੱਦਾਂ ਫੀਲ ਉਹੀ ਆ ਰਿਹਾ ਮੈਨੂੰ ਕਿ ਮੈਂ ਟੇਪ ਲੱਗੀ ਹੋਈ ਹੈ ਕਿਤੇ, ਮੈਂ ਟੇਪ ਸੁਣਦਿਆਂ ਬਸ ਕਿਤੇ ਜਾ ਰਿਹਾ ਜਾਂ ਮੈਂ ਕਿਤੇ ਟਰੈਕਟਰ 'ਤੇ ਬੈਠੇ ਕਿਤੇ ਸੁਣਦਿਆਂ ਨਾ, ਉਹ ਹਿਸਾਬ ਹੈ ਇਹ 'ਚ। ਉਹੀ ਮਿਊਜ਼ਿਕ ਆ ਯਾਰ ਨਾ ਜਿਹੜਾ ਉਦੋਂ ਹੁੰਦਾ ਸੀ, ਇੱਕ ਫੀਲ ਵੀ ਛੱਡੀ ਮਾਨ ਸਾਹਿਬ ਦੇ ਅੱਜ ਨਾ। ਮੱਚੇ ਮੱਚੇ ਨੀ ਰਹਿੰਦੇ ਫੁੱਲਾਂ ਵਾਂਗੂ ਖਿਲਦੇ ਆ, ਕੀ ਬਾਤ ਹੈ। ਹੱਸ ਕੇ ਜਿਹੜਾ ਮਿਲਦਾ ਹੈ ਉਹਨੂੰ ਚੁੱਕ ਕੇ ਮਿਲਦੇ ਆ, ਮੱਚੇ ਮੱਚੇ ਨੀ ਰਹਿੰਦੇ ਫੁੱਲਾਂ ਵਾਂਗੂ ਖਿਲਦੇ ਆ, ਚੈੱਕ ਕਰਾ ਲਈ ਅਗਲਾ ਪਿਛਲਾ ਰੈਕਡ ਠਾਣੇ ਆ, ਤੂੰ ਕੀ ਵੈਲ ਸਿਖਾਉਣੇ ਨੀ ਹੈ ਤਾਂ ਵਾਈਲੀ ਲਾਣੇ, ਰਿਕਾਰਡ ਚੈੱਕ ਕਰਾ ਲਈ ਕਹਿੰਦਾ। ਸਾਰਾ ਦਿਨ ਵਾਜੇ ਤੇ ਬਹਿ ਕੇ ਤਰਜਾ ਕੱਢਦਾ ਹਾਂ, ਟਿਕਦੀ ਰਾਤ ਫਿਰ ਬਿਰਹਾ ਦੀ ਕੁੱਲੀ ਵਿੱਚ ਵੜਦਾ ਹਾਂ, ਸਾਰਾ ਦਿਨ ਵਾਜੇ ਤੇ ਬਹਿ ਕੇ ਤਰਜਾ ਕੱਢਦਾ ਹਾਂ, ਦੀ ਰਾਤ ਫਿਰ ਬਿਰਹਾ ਦੀ ਕੁੱਲੀ ਵਿੱਚ ਵੜਦਾ ਹਾਂ, ਮੈਨੂੰ ਨਫ਼ਰਤ ਕਰਨ ਵਾਲੇ ਅਜੇ ਨਿਆਣੇ ਆ, ਕੀ ਬਾਤ ਹੈ, ਕੀ ਵੈਲ ਸਿਖਾਉਣੇ ਨੀ ਹੈ ਤਾਂ ਵੈਲੀ ਲਾਣੇ ਆ। ਵਾਕਈ ਗੱਲ ਸਹੀ ਆ ਨਾ, ਜਿਹੜੇ ਮਾਨ ਸਾਹਿਬ ਨੂੰ ਨਫ਼ਰਤ ਕਰਦੇ ਆ ਨਾ ਉਹ ਵਾਕਈ ਨਿਆਣੇ ਆ। ਕਿਉਂ? ਕਿਉਂਕਿ ਨਿਆਣਿਆਂ ਨੂੰ ਸਿਆਣੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਹੁੰਦੀਆਂ, ਸੋ ਤਾਂ ਉਹ ਨਫ਼ਰਤ ਕਰਦੇ ਆ। 16 ਮੇ ਦੀ ਇੱਕ ਗੱਲ ਹੈ, ਆਪਣੀ ਕਿਰਤ ਦਾ ਪੂਰਾ ਮਾਹਰ ਹਾਂ, ਅਕਲ ਵੀ ਹੋਣਿਆਂ ਦੀ ਸਮਝ ਤੋਂ ਖਾਸਾ ਬਾਹਰ ਹਾਂ, ਮੈਂ ਮਿਹਨਤ ਕਸ਼ ਆਪਣੀ ਕਿਰਤ ਦਾ ਪੂਰਾ ਮਾਹਰ ਹਾਂ, ਅਕਲ ਵੀ ਹੋਣਿਆਂ ਦੀ ਸੋਚ ਤੋਂ ਖਾਸਾ ਬਾਹਰ ਹਾਂ, ਔਖੇ ਆ ਸੁਲਝਾਉਣੇ ਉਲਝੇ ਹੋਏ ਤਾਣੇ ਆ, ਸਹੀ ਗੱਲ ਹੈ, ਤੂੰ ਕੀ ਵੈਲ ਸਿਖਾਉਣੇ ਨੀ ਹੈ ਤਾਂ ਵੈਲੀ ਲਾਣੇ ਆ, ਤੂੰ ਕੀ ਵੈਲ ਸਿਖਾਉਣੇ ਨੀ ਹੈ ਤਾਂ ਵੈਲੀ ਲਾਣੇ ਆ। ਮਾਨ ਸਾਹਿਬ ਕਿੰਨੇ ਠੇਠ ਵਰਡ ਯੂਜ ਕਰਦੇ ਆ, ਜੇ ਇਕੱਲੀ ਇਕੱਲੀ ਗੱਲ ਦਾ ਬ੍ਰੇਕ ਡਾਊਨ ਕਰਨ ਪੈ ਜਾਈਏ ਨਾ, ਵੀਡੀਓ ਬਹੁਤ ਲੰਬੀ ਬਣ ਜੂਗੀ, ਬਟ ਗੱਲਾਂ 'ਚ ਹਨਾ ਕਾਫੀ ਗੱਲਾਂ ਨਿਕਲ ਆਉਂਦੀਆਂ ਨਿੱਕੀ ਗੱਲ 'ਚੋਂ, ਖਤਰਨਾਕ ਯਾਰ, ਇਹ ਲਿਖਣੀ ਆ ਬੰਦੇ ਦੀ ਯਾਰ। ਅੜ ਪੰਜਾਬੀ ਟੂਰ ਕਰਕੇ ਗਾਣਾ ਚਾਹੀਦਾ ਸੀ ਨਾ ਯਾਰ, ਉੱਦਾਂ ਦਾ ਹੈ ਨਹੀਂ ਮੈਨੂੰ ਲੱਗਦਾ ਐਲਬਮ 'ਚ ਯਾਰ। ਪਤਾ ਨਹੀਂ ਕਦ ਇਕੱਠੇ ਬਹਿ ਕੇ ਫੁਲਕੇ ਛਕਣੇ ਆ, ਪਾਰ ਤਾਰ ਦੇ ਬੈਠੇ ਨੇ ਜੋ ਮੇਰੇ ਆਪਣੇ ਆ, ਪਤਾ ਨਹੀਂ ਕਦ ਇਕੱਠੇ ਬਹਿ ਕੇ ਫੁਲਕੇ ਛਕਣੇ ਆ, ਅੰਦਰੋਂ ਸਿਆਸੀ ਕਾਲੇ ਮਿੱਤਰੋਂ ਚਿੱਟੇ ਬਾਣੇ ਆ, ਓਏ ਹੋਏ ਹੋਏ ਹੋਏ, ਕੀ ਬਾਤ ਹੈ, ਇਹ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਕਿੱਧਰ ਜਾ ਰਹੀ ਹੈ ਗੱਲ ਹੈ ਨਾ, ਇਹ ਗੱਲ ਸੱਚ ਆ ਵੈ।
ਬਹੁ ਮਾੜਾ ਹੁੰਦਾ ਹੈ ਮਿੱਤਰੋ ਸ਼ੇਰ ਪੰਜਾਬੀ ਦਾ ਦੇਖ ਵੈਸ਼ਨੂੰ ਨਿਕਲ ਗਿਆ ਪੁੱਤ ਟੱਬਰ ਸ਼ਰਾਬੀ ਦਾ ਓਹੋ ਕਿਆ ਬਾਤ ਹੈ ਇਹ ਵੀ ਆਪਣੇ ਆਪ ਚ ਵੱਡੀ ਗੱਲ ਹੈ ਯਾਰ ਹੁੰਦਾ ਹੈ ਮਿੱਤਰੋ ਸ਼ੇਰ ਪੰਜਾਬੀ ਦਾ ਦੇਖ ਵੈਸ਼ਨੂੰ ਨਿਕਲ ਗਿਆ ਪੁੱਤ ਟੱਬਰ ਸ਼ਰਾਬੀ ਦਾ ਦੁਨੀਆ ਛਾਣਦੀ ਆਟਾ ਮਾਨ ਨੇ ਪੱਥਰ ਛਾਣੇ ਓਹੋ ਕਿਆ ਬਾਤ ਹੈ ਯਾਰ ਵੈਲ ਸਿਖਾਉਣੇ ਨੀ ਹੈ ਤਾਂ ਵੈਲੀ ਲਾਣੇ ਸਹੀ ਗੱਲ ਹੈ ਦੁਨੀਆ ਛਾਣਦੀ ਆਟੇ ਮਾਨ ਨੇ ਪੱਥਰ ਛਾਣੇ ਆ ਕਿਆ ਬਾਤ ਹੈ ਯਾਰ ਮਤਲਬ ਕਿਆ ਹੀ ਲਿਖਦਾ ਬੰਦਾ ਯਾਰ ਆਟਾ ਛਾਣਨਾ ਫਿਰ ਵੀ ਸੌਖਾ ਹੁੰਦਾ ਜਿਹਨੇ ਪੱਥਰ ਛਾਣੇ ਉਹਨੂੰ ਪੁੱਛਿਓ ਵੀ ਕੀ ਹੁੰਦੀ ਹੈ ਇਹ ਚੀਜ਼ ਹੈ ਨਾ ਵੀ ਕਿੱਦਾਂ ਛਾਣੇ ਜਾਂਦੇ ਆ ਪੱਥਰ ਕਿਆ ਬਾਤ ਹੈ ਯਾਰ ਕਿਆ ਬਾਤ ਹੈ ਬਈ ਸਵਾਦ ਆ ਗਿਆ ਯਾਰ ਹੈ ਨਾ ਇੱਕ ਕੁਛ ਇੱਦਾਂ ਲੱਗ ਰਿਹਾ ਕਿ ਸੁਬਹਾ ਸੁਬਹਾ ਮੈਂ ਕੁਛ ਚੰਗਾ ਹੀ ਸੁਣਿਆ ਕੁਛ ਵਧੀਆ ਹੀ ਸੁਣਿਆ ਇੱਦਾਂ ਮੇਰਾ ਦਿਨ ਵਧੀਆ ਜਾਊਗਾ ਨਾ ਚੰਗੀਆਂ ਗੱਲਾਂ ਸੁਣ ਕੇ ਬੰਦਾ ਥੋੜ੍ਹਾ ਜਿਹਾ ਹੰਬਲ ਜਿਹਾ ਹੋ ਜਾਂਦਾ ਵੀ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਇਕੱਲੇ ਨਹੀਂ ਦੁਨੀਆਂ 'ਤੇ ਸਾਡੇ ਤੋਂ ਉੱਤੇ ਵੀ ਦੁਨੀਆਂ ਪਈ ਹੈ ਨਾ ਮਾਨ ਸਾਹਿਬ ਦੀਆਂ ਗੱਲਾਂ 'ਚ ਕਾਫੀ ਜ਼ਿਆਦਾ ਤਰਕ ਹੁੰਦੇ ਆ ਤਰਕ ਜਿਹਨੇ ਕੱਢੇ ਆ ਉਹਨੂੰ ਪਤਾ ਕੀ ਤਰਕ ਆ ਬਾਕੀ ਐਲਬਮ ਹੈ ਨਾ ਪ੍ਰੋਪਰ 7-8 ਗਾਣੇ ਆਏ ਐਲਬਮ ਦੇ ਵਿੱਚ ਆਪਾਂ ਪੂਰੀ ਐਲਬਮ ਵੀ ਬਹੁਤ ਜਲਦੀ ਰਿਐਕਟ ਕਰਾਂਗੇ ਸਭ ਤੋਂ ਪਹਿਲਾਂ ਤਾਂ ਕਮੈਂਟ ਕਰਕੇ ਦੱਸੋ ਤੁਹਾਨੂੰ ਐਲਬਮ ਦਾ ਇਹ ਗਾਣਾ ਕਿੱਦਾਂ ਦਾ ਲੱਗਿਆ ਅਤੇ ਕਿਹੜਾ ਉਹ ਗਾਣਾ ਜਿਹੜਾ ਸਭ ਤੋਂ ਜ਼ਿਆਦਾ ਘੈਂਟ ਲੱਗਿਆ ਮੈਨੂੰ ਲੱਗਦਾ ਇੱਕ 32 ਲੱਖ ਇੱਦਾਂ ਗਾਣਾ ਹੈ ਨਾ ਉਹ ਗਾਣਾ ਕਾਫੀ ਆਡੀਅੰਸ ਰਿਸਪੋਂਸ ਦੇ ਰਿਹਾ ਕੱਲ੍ਹ ਰੀਲਾਂ 'ਤੇ ਦੇਖ ਰਿਹਾ ਸੀ ਐਂਡ ਤੁਸੀਂ ਦੱਸਿਓ ਹੁਣ ਇਦੋਂ ਬਾਅਦ ਕਿਹੜੇ ਗਾਣੇ ਦੀ ਆਪਾਂ ਰਿਐਕਸ਼ਨ ਵੀਡੀਓ ਅਪਲੋਡ ਕਰੀਏ ਕਮੈਂਟ ਕਰਕੇ ਦੱਸਿਓ ਬਾਕੀ ਮਿਲਦੇ ਆਪਾਂ ਜਲਦੀ ਮਿਲਦਾ ਇੱਧਰ ਇੰਸਟਾਗ੍ਰਾਮ ਆ ਰਿਹਾ ਇੰਸਟਾਗ੍ਰਾਮ 'ਤੇ ਆ ਜਿਓ